ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਟੌਪ ਦੇ ਕੱਪ, ਅੱਜ ਕਿੱਥੇ ਸਿਰਾ ਲੱਗਣਾ, ਅੱਜ ਕਿੱਥੇ ਐਂਡ ਗੱਲਬਾਤ ਹੋਣੀ ਆ, ਉਸ ਦੇ ਬਾਰੇ ਦੱਸਾਂਗੇ। ਉਸ ਤੋਂ ਪਹਿਲਾਂ ਨਵੇਂ ਆਏ ਆ ਨਾ ਚੈਨਲ ਨੂੰ ਸਬਸਕ੍ਰਾਈਬ, ਸਾਰਿਆਂ ਦਾ ਫਰਜ਼ ਹੁੰਦਾ ਵੀ ਜੇ ਫ੍ਰੀ 'ਚ ਵੀਡੀਓ ਮਿਲਦੀਆਂ ਹੁਣ ਕਬੱਡੀ ਦੀਆਂ ਸਹੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਅੱਜ ਦੇ ਕੱਪਾਂ ਦੀ, ਤਾਂ ਕਰਕੇ ਲਾਲ ਜਿਹਾ ਕਲਰ ਸਾਰੇ ਭਰਾ ਨੱਪ ਕੇ ਜਾਇਆ ਕਰੋ। ਲਾਈਕ ਵੀ ਵੀਡੀਓ ਨੂੰ ਜ਼ਰੂਰ ਕਰਕੇ ਜਾਇਓ। ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਭੱਗੂਪੁਰ ਦੇ ਵਿੱਚ ਸ਼ੋ ਮੈਚ ਹੋਣਾ, ਦੂਜਾ ਦਿਨ ਆ, ਕੱਲ੍ਹ ਵੀ ਮੈਚ ਹੋਏ ਸੀ, ਅੱਜ ਵੀ ਮੈਚ ਆ, ਤਾਂ ਇਸ ਤੋਂ ਅਗਲੇ ਦਿਨ ਯਾਨੀ ਕਿ ਕੱਲ੍ਹ ਨੂੰ ਵੀ ਇੱਥੇ ਸਿਰੇ ਦੇ ਮੈਚ ਕਰਵਾਏ ਜਾਣਗੇ। ਇਹ ਵੀ ਬਹੁਤ ਵਧੀਆ, ਅੱਜ ਇੱਥੇ ਸ਼ੋ ਮੈਚ 5 ਵਜੇ ਦੇ ਕਰੀਬ ਸ਼ਾਮ ਨੂੰ ਹੋਊਗਾ। ਇਸ ਤੋਂ ਅੱਗੇ ਤੁਹਾਨੂੰ ਫੂਲ ਟਾਊਨ ਬਠਿੰਡੇ ਇਲਾਕੇ ਦੇ ਵਿੱਚ 80 ਕਿਲੋ ਦੇ ਮੈਚ ਦੇਖਣ ਨੂੰ ਮਿਲਣੇ ਆ। ਵਜਨੀ ਭਾਰ ਵਰਗ ਵਾਲੇ ਪਲੇਅਰ ਗੌਰ ਕਰ ਸਕਦੇ ਆ ਇਸ ਕੱਪ 'ਤੇ। ਬਹੁਤ ਵਧੀਆ ਟੂਰਨਾਮੈਂਟ ਆ ਇਹ ਵੀ ਅੱਜ ਦੇ ਦਿਨ ਦਾ। ਇਸ ਤੋਂ ਅੱਗੇ ਮੇਰੇ ਵੀਰੋ ਅੱਜ ਤੁਹਾਨੂੰ ਵਧੀਆ ਕੱਪ ਦੀ ਗੱਲ ਕਰੀਏ ਤਾਂ ਮਹਿਤਪੁਰ ਦੇ ਵਿੱਚ 65 ਕਿਲੋ ਦੇ ਮੈਚ ਆ, ਅਤੇ ਬੈਸਟਾਂ ਲਈ ਯਾਰ ਇੱਥੇ ਮੋਟਰਸਾਈਕਲ ਰੱਖੇ ਗਏ ਆ। ਪਹਿਲਾਂ ਤਾਂ ਯਾਰ ਕਮੇਟੀ ਦਾ ਆਪਾਂ ਇੱਥੇ ਧੰਨਵਾਦ ਕਰਦੇ ਹਾਂ ਵੀ ਨਵੇਂ ਮੁੰਡਿਆਂ ਨੂੰ ਮੋਟਰਸਾਈਕਲ ਦੇਣੇ, ਇਹ ਕੋਈ ਕੋਈ ਕਮੇਟੀ ਕਰਦੀ ਆ, ਨਵੇਂ ਮੁੰਡਿਆਂ ਨੂੰ ਉਠਾਉਂਦੀ ਆ, ਤਾਂ ਮਹਿਤਪੁਰ ਵਾਲਿਆਂ ਦੇ ਦਿਲ ਤੋਂ ਸਲਿਊਟ ਆ ਯਾਰ। ਜੇ ਕੋਈ ਦੇਖਦਾ ਤਾਂ ਬਈ ਵਜਨੀ ਭਾਰ ਵਰਗ ਵਾਲਿਆਂ ਲਈ ਤੁਸੀਂ ਵੱਡੇ ਇਨਾਮ ਰੱਖਦੇ ਆ, ਬਹੁਤ ਵਧੀਆ ਗੱਲ ਆ, ਚੰਗੇ ਉਪਰਾਲੇ ਦੀ ਚੀਜ਼ ਆ ਇਹ, ਚੰਗਾ ਉਪਰਾਲਾ ਕਬੱਡੀ ਨਵੇਂ ਮੁੰਡਿਆਂ ਲਈ ਵੀ, ਉਹ ਵੀ ਯਾਰ ਉੱਠਣ, ਉਹਨਾਂ ਦਾ ਵੀ ਹੌਸਲਾ ਵੱਧਦਾ ਵੀ ਵੱਡੇ ਮੈਚਾਂ 'ਚ ਹੱਥ ਪੈਂਦਾ ਵੀ ਵਜਨੀ ਭਾਰ ਵਰਗ ਵਾਲਿਆਂ ਲਈ। ਬਹੁਤ ਵਧੀਆ ਉਪਰਾਲਾ ਕੀਤਾ ਭਰਾਵਾਂ ਨੇ। ਮਹਿਤਪੁਰ ਦੇ ਵਿੱਚ 65 ਕਿਲੋ ਦੇ ਮੈਚ ਆ, ਕੰਟੈਕਟ ਨੰਬਰ ਹੋ ਸਕਿਆ ਤਾਂ ਮੈਂ ਸ਼ੋਅ ਕਰੂੰਗਾ ਵੀ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ, ਨਵੇਂ ਮੁੰਡੇ ਪਹੁੰਚ ਸਕਦੇ ਆ ਬਾਈ ਇਸ ਮੇਲੇ 'ਤੇ। ਪਹਿਲਾ ਦਿਨ ਆ ਇੱਥੇ, ਕੱਲ੍ਹ ਨੂੰ ਸਿਰਾ ਹੋਣਾ। ਅੱਜ ਕੁੰਭ ਦੇ ਵਿੱਚ ਓਪਨ ਦਾ ਟੂਰਨਾਮੈਂਟ ਆ, 41 ਤੇ 31 ਹਜ਼ਾਰ ਆ ਪਹਿਲਾ ਅਤੇ ਦੂਜਾ ਇਨਾਮ। ਓਪਨ ਦੇ ਸਿਰੇ ਦੇ ਮੈਚ ਅੱਜ ਕੁੰਭ ਦੇ ਵਿੱਚ ਵੀ ਦੇਖਣ ਨੂੰ ਮਿਲਣੇ ਆ। ਟੌਪ ਦਾ ਮੇਲਾ ਇਹ ਆ ਮੇਰੇ ਵੀਰੋ। ਬਾਕੀ ਇਹ ਤੁਹਾਨੂੰ ਟੂਰਨਾਮੈਂਟ ਦੱਸਣੇ ਸੀਗੇ ਅੱਜ ਦੇ। ਹੋਰ ਕਿਤੇ ਕੱਪ ਹੋਇਆ ਨਾ ਵੱਡਾ ਤਾਂ ਉਹ ਤੁਸੀਂ ਕਮੈਂਟ ਬੋਕਸ 'ਚ ਦੱਸ ਸਕਦੇ ਹੋ ਆਪਾਂ ਨੂੰ। ਛਾਜੀ ਫਰਿਆਦ ਹੋਣੀ ਪੰਜਾਬ ਆ ਗਏ, ਅਰਸ਼ ਬਰਸਾਲਪੁਰੀ ਆ, ਟੌਪ ਟੌਪ ਦੇ ਮੱਲ, ਮੈਂ ਕਹਾਂ ਵੀ ਪੰਜਾਬ ਦੇ ਵਿੱਚ ਪਹੁੰਚ ਗਏ ਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਕੱਪਾਂ 'ਤੇ ਮੱਲ ਜੋ ਆ ਕਮਾਲਾਂ ਕਰਨਗੇ, ਅੱਜ ਕਿਸੇ ਨੇ ਨਹੀਂ ਖੇਡਣਾ ਇਹਨਾਂ 'ਚੋਂ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਨਵੀਂ ਅਪਡੇਟ ਲੈ ਕੇ। ਵੀਡੀਓ ਚੰਗੀ ਲੱਗਦੀ ਹੁੰਦੀ ਆ ਤੁਹਾਨੂੰ, ਪਹਿਲਾਂ ਦੱਸਿਆ ਵੀ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਆ ਕਰੋ। ਧੰਨਵਾਦ।